हाँ जी, मैं हरजिंदर सिंह। जिवें कि तुहानूं पता है कि साउथ कोरिया दे रिगार्डिंग मैं अपने चैनल दे उपर हर एक टॉपिक ते वीडियो बना चुकिया हाँ। बट जिवें कि न्यू चैकलिस्ट दे अकॉर्डिंग उन्हां ने मंगया कि अंबैसी ने अपने कोल 1 साल दी ITR ते 6 महीने दी स्टेटमेंट, ਤੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਕੋਲੇ 3 ਈਅਰ ਦੀ ITR ਹੋਣੀ ਚਾਹੀਦੀ ਹੈ, ਬਟ ਵੀਜ਼ਾ ਫਿਰ ਵੀ ਰਿਜੈਕਟ ਹੁੰਦਾ। ਸਭ ਤੋਂ ਵੱਡਾ ਕਨਫਿਊਜ਼ਨ ਕੀ ਕਰਦੇ ਆ ਕੈਂਡੀਡੇਟਸ, ਜੋ ਸੈਲਰੀ ਸਲਿੱਪਾਂ ਨੇ ਉਹ ਬਣਾ ਲੈਂਦੇ ਨੇ ਤੇ ਬੈਂਕ ਬੈਲੈਂਸ ਵੀ ਇੱਕੋਦਮ ਫਰੈਸ਼ ਪਾ ਦਿੰਦੇ। ਸਭ ਤੋਂ ਮੇਨ ਅਹਿਮ ਚੀਜ਼ ਕੀ ਹੈ ਇਸ ਵੀਜ਼ੇ ਦੇ ਵਿੱਚ, ਜਿਸ ਦੇ ਵਿੱਚ ਆਪਾਂ ਕਹਿ ਸਕਦੇ ਕਿ ਵੀਜ਼ਾ ਮਿਲਣ ਦੇ ਚਾਂਸਸ ਹੈਗੇ ਆ, ਜੇ ਤੁਹਾਡੀ 6 ਮਹੀਨੇ ਦੇ ਵਿੱਚ ਟ੍ਰਾਂਜੈਕਸ਼ਨ ਦੇ ਵਿੱਚ ਹੋਈ ਅਕਾਊਂਟ 'ਚ ਟ੍ਰਾਂਜੈਕਸ਼ਨ ਨਾਲ ਬੈਲੈਂਸ ਆਇਆ ਹੋਇਆ, ਨਵਾਂ ਬੈਲੈਂਸ ਨਹੀਂ ਹੈਗਾ, ਉਹ ਪੁਰਾਣਾ ਬੈਲੈਂਸ ਹੈ, 6 ਮਹੀਨੇ ਦੀ ਸਟੇਟਮੈਂਟ ਜ਼ਰੂਰੀ ਹੈ। ਜੇ 6 ਮਹੀਨੇ ਦੀ ਸਟੇਟਮੈਂਟ ਨਹੀਂ ਹੈਗੀ, ਫਰੈਸ਼ ਬੈਲੈਂਸ ਪਾ ਰਹੇ ਹੋ, ਦੈਨ ਵੀਜ਼ਾ 101% ਹੈ, ਵੀਜ਼ਾ ਰਿਜੈਕਟ ਹੋਊਗਾ। 6 ਮਹੀਨੇ ਦੀ ਸਟੇਟਮੈਂਟ ਚਾਹੀਦੀ ਹੈ ਜਿਸ ਦੇ ਵਿੱਚ ਤੁਹਾਡੀ ਸੈਲਰੀ ਤੁਹਾਡੇ ਅਕਾਊਂਟ ਦੇ ਵਿੱਚ ਹੀ ਆਉਂਦੀ ਹੋਵੇ। ਜਿਵੇਂ ਕਹਿ ਦਿੰਦੇ ਅਸੀਂ ਕੈਸ਼ ਲੈਂਦੇ ਸੀ ਜਾਂ ਉਹ ਲੈਂਦੇ ਸੀ ਜਾਂ ਸੈਲਰੀ ਸਲਿੱਪ ਬਣਾ ਲਈ, ਉਹਦੇ ਚਾਂਸ ਬਹੁਤ ਹੀ ਘੱਟ ਨੇ, ਕਿਉਂਕਿ ਇਸ ਦੇ ਵਿੱਚ ਕੋਈ ਕਵਰਿੰਗ ਲੈਟਰ ਨਹੀਂ ਲੱਗਦਾ ਕਿ ਤੁਸੀਂ ਆਪਣੇ ਆਪ ਨੂੰ ਰੀਪ੍ਰੈਜ਼ੈਂਟ ਕਰ ਸਕਦੇ ਹੋ। ਇਸ ਦੇ ਵਿੱਚ ਤੁਸੀਂ ਆਪਣੇ ਐਪਲੀਕੇਸ਼ਨ ਫੋਰਮ ਨੂੰ ਤੁਸੀਂ ਆਪ ਵੀ ਪੈਨ ਨਾਲ ਭਰ ਸਕਦੇ ਹੋ, ਤੁਹਾਨੂੰ ਬਹੁਤ ਵੀਡੀਓ ਮਿਲ ਜਾਣੀ ਹੈ। ਤੁਸੀਂ ਇੱਕ ਐਪਲੀਕੇਸ਼ਨ ਫੋਰਮ ਭਰਨਾ, ਤੁਸੀਂ ਇੱਕ ਕੰਸੈਂਟ ਫੋਰਮ ਭਰਨਾ ਤੇ ਚੈੱਕਲਿਸਟ ਦੇ ਅਕੋਰਡਿੰਗ ਵਸ 3-4 ਡਾਕੂਮੈਂਟ ਲਾਉਣੇ ਨੇ, ਜਿਹੜੇ ਕਿ ਇੱਕ ਤਾਂ ਸੈਲਰੀ ਸਲਿੱਪਾਂ ਲਗਾਉਣੀ ਹੈ, ਇੱਕ ਤੁਸੀਂ ਮੈਂ ਤੁਹਾਨੂੰ ਦੱਸ ਚੁੱਕਿਆ ਕਿ 6 ਮਹੀਨੇ ਦੀ ਸਟੇਟਮੈਂਟ ਨੂੰ ਲਾਉਣਾ ਬਹੁਤ ਜ਼ਰੂਰੀ ਹੈ, ਜਿਸ ਦੇ ਨਾਲ ਆਪਣੇ ਜੋ ਵੀਜ਼ੇ ਦੇ ਚਾਂਸਸ ਨੇ ਉਹ ਬਹੁਤ ਹੀ ਜ਼ਿਆਦਾ ਵੱਧ ਜਾਂਦੇ ਨੇ। ਸੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ ਸਾਊਥ ਕੋਰੀਆ ਦੇ ਰਿਗਾਰਡਿੰਗ, ਈਵਨ ਕਿ ਤੁਹਾਨੂੰ ਹੁਣ ਮੈਂ ਦੱਸ ਚੁੱਕਿਆ ਸੀ ਪਹਿਲਾਂ ਵੀ ਕਿ ਤੁਹਾਨੂੰ ਅਪੁਆਇੰਟਮੈਂਟ ਲੈਣ ਦੀ ਜ਼ਰੂਰਤ ਨਹੀਂ, ਤੁਸੀਂ ਸਿੱਧਾ ਡਾਇਰੈਕਟ ਜਾ ਸਕਦੇ ਹੋ, ਆਪਣੀ ਫਾਈਲ ਨੂੰ ਸਬਮਿਟ ਕਰਾ ਸਕਦੇ ਹੋ। ਬਟ ਇਸ ਦਾ ਜੋ ਟਾਈਮ ਹੈ ਉਹ ਓਨਲੀ 9 ਤੋਂ ਲੈ ਕੇ 1 ਵਜੇ ਤੱਕ ਹੀ ਹੈ, ਐਂਡ ਕੋਈ ਬੰਦਾ ਪਰਸਨ 1 ਜਾਂ 4 ਫਾਈਲਾਂ ਤੋਂ ਵੱਧ, ਮਤਲਬ ਕਿ ਤੁਸੀਂ ਆਪਣੇ ਫਰੈਂਡ ਦੀ ਫਾਈਲ ਵੀ ਜਮ੍ਹਾਂ ਕਰਵਾ ਸਕਦੇ ਹੋ, ਐਂਡ ਏਜੰਟ ਵੀ ਉੱਥੇ ਜਾ ਕੇ ਫਾਈਲ ਨੂੰ ਜਮ੍ਹਾਂ ਕਰਵਾ ਸਕਦੇ ਹੈ। ਜੇ ਤੁਹਾਨੂੰ ਸਾਡੀ ਹੈਲਪ ਦੀ ਨੀਡ ਹੈ, ਤੁਸੀਂ ਸਾਡੇ ਨਾਲ ਕਿਸੇ ਵੀ ਟਾਈਮ ਕੰਸਰਨ ਕਰ ਸਕਦੇ ਹੋ ਅਤੇ ਸਾਡੇ ਦਿੱਤੇ ਹੋਏ ਨੰਬਰ 'ਤੇ ਸਾਨੂੰ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ, ਅਤੇ ਸਾਡੇ ਚੈਨਲ ਨੂੰ ਲਾਈਕ ਅਤੇ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ।